ਹਾਂਜੀ, ਕਿੱਦਾਂ, ਕੀ ਹਾਲ ਚਾਲ ਦੋਸਤੋ? ਆਸ ਕਰਦੇ ਤੁਸੀਂ ਸਾਰੇ ਨੇ ਬਹੁਤ ਹੀ ਵਧੀਆ ਹੋਵੋਗੇ। ਸ਼ੁਰੂ ਕਰਨ ਲੱਗਿਆ ਬਈ ਆਪਣਾ ਅੱਜ ਦਾ ਵਲੌਗ, ਸੋ ਟਾਈਮ ਜਿਹੜਾ ਹੋ ਚੁੱਕਾ 600 ਕਲੋਕ, ਯਾਨੀ ਕਿ 6 ਵੱਜ ਗਏ ਹੈਗੇ, ਅਤੇ ਅੱਜ ਜਿਹੜੀ ਜੋੜੀ ਫੇਰ ਚੱਲ ਪਈ ਆ, ਮਸਾਂ ਸਟਾਰਟ ਕਰੀ ਗੱਡੀ, ਮਸਾਂ ਸਟਾਰਟ ਇੰਜਣ, ਡਿੱਗਦੇ ਟਹਿੰਦੇ ਬਾਹਰ ਚਾਹ ਕੇ ਵੀ, ਜਿੰਨਾ ਚਿਰ ਜਿੰਦਰਾ ਜਿਹਾ ਲਾਉਣ ਵੇਲੇ ਵੀ ਐਂ ਕਰੀ ਜਾਂਦੀ ਦਵਿੰਦਰ, ਦਿਲ ਖੁਸ਼। ਮੇਰਾ ਨਾ ਹੁਣ ਜੀ ਨਹੀਂ ਕਰਦਾ, ਇਹ ਜੀ ਤਾਂ ਤੇਰਾ ਤਾਂ ਨਹੀਂ ਕਰਦਾ, 3-4 ਦਿਨ ਵਿਹਲੀ ਰਹੇਗੀ, ਤੂੰ ਆਈ ਨਹੀਂ, ਹੈ ਨਾ, ਇਹੀ ਗੱਲ ਹੋ ਗਈ ਸੀ ਨਾ। ਨਹੀਂ, ਇੱਕ ਕਹਿੰਦੀ ਮੇਰੇ ਟੀਕੇ ਲੱਗੇ, ਉਹ ਦੁਖੀ ਜਾਂਦੇ। ਮੈਂ ਕਿਹਾ ਇਹ ਤਾਂ ਬਾਹਲੀ ਵਧੀਆ ਚੀਜ਼ ਆ, ਜੇ ਆਪਾਂ ਤੁਰਾਂ ਫਿਰਾਂਗੇ, ਠੀਕ ਹੈ, ਸਰੀਰ ਹਿੱਲੂ ਜੁਲੂਗਾ, ਗਰਮ ਹੋਊਗਾ, ਅਤੇ ਟੀਕੇ ਆਪੇ ਖੁਰ ਜਾਣਗੇ ਕਿ ਨਹੀਂ। ਹੱਸੀ ਜਾਂਦੀ ਹੈਗੀ, ਅਤੇ ਲਓ ਵੀ ਸੈਰ ਕਰ ਲਈ। ਹੁਣ ਅਸੀਂ 2-3 ਦਿਨ ਨਾ ਆਈ ਨਹੀਂ, ਮੈਂ ਵੀ ਇੰਨੀ ਜ਼ਿਆਦਾ ਨਹੀਂ ਕਰੀਗੀ, ਕਿਉਂਕਿ ਮੈਂ ਇਹਨੂੰ ਆਇਆ ਸੀਗਾ ਵੀ ਨਾ, ਹੁਣ 1.5 ਮਹੀਨਾ ਮਹੀਨਾ ਹੋ ਗਿਆ ਲਗਾਤਾਰ ਜਾਂਦੇ ਨੂੰ, ਹੁਣ ਨਾ ਐਂ ਦਿਮਾਗ ਜਿਹਾ ਹੋਇਆ ਪਿਆ ਸੀਗਾ ਵੀ ਯਾਰ ਖਿੱਚ ਹੀ ਨਹੀਂ ਚੜ੍ਹਦੀ ਹੁੰਦੀ, ਅਤੇ ਇੱਕ ਹੈਂ ਹਾਂ ਇੱਕ ਮਿੱਠਾ ਮੁੱਠਾ ਊਂ ਵੀ ਬਾਹਰਲਾ ਚੀਜ਼ਾਂ ਵੀ ਖਾਣੀਆਂ ਬੰਦ ਕਰੀਆਂ। ਹੁਣ 2 ਦਿਨ ਆਪਾਂ ਖਾਧਾ, ਕੱਲ੍ਹ ਲੱਡੂ ਖਾਧੇ, ਪਤੀਸਾ ਖਾਧਾ ਦੇਸੀ ਘਿਓ ਵਾਲਾ, ਅਤੇ ਨਾਲੇ ਆਪਾਂ ਹੋਰ ਵੀ ਕੁਛ, ਇੱਕ ਦਮ ਗੋਲ ਗੱਪੇ ਖਾ ਕੇ ਜਾਂਦੇ ਅਸੀਂ, ਉਹ ਤਾਂ ਇਹਨਾਂ ਨੇ ਬਹੁਤ ਬਲੇਟੇ। ਅਤੇ ਹੁਣ ਮੈਂ ਕਿਹਾ ਫਿਰ 1 ਮਹੀਨਾ ਐਣ ਜਮ੍ਹਾਂ ਮੂੰਹ 'ਤੇ ਜਿੱਪ ਲਾ ਦੇਣੀ, ਐਣ ਬੰਦ ਆ ਜਮ੍ਹਾਂ ਕੰਮ, ਅਤੇ ਬਾਕੀ ਹੁਣ ਸੈਰ ਕਰ ਲਈਏ। ਇੱਕ ਵਾਰੀ ਤਾਂ ਆਪਾਂ ਜਾ ਆਏ ਉਹ ਗੁਰਦੁਆਰਾ ਸਾਹਿਬ ਤੱਕ, ਦਵਿੰਦਰ ਕਹਿੰਦੀ ਉੱਥੋਂ ਤੱਕ ਵੀ ਜਾ ਆਉਂਦੇ ਆਪਾਂ, ਅਸੀਂ ਤਾਂ ਹੁਣ ਕਿੰਨੇ ਦਿਨ ਹੋ ਕੇ ਗਏ ਹੀ ਨਹੀਂ ਗੇ। ਤੂੰ ਕਿਹਾ ਨਹੀਂ ਗਾ ਵੀ ਚਲੋ? ਹਾਂ, ਮੈਂ ਤੈਨੂੰ ਪੁੱਛਣਾ ਤਾਂ ਹੈਗਾ ਹੀ ਆ ਬਈ, ਇਹ ਮੁੜ ਕੇ ਉਹਦੇ ਮੁੱਕਰ ਜੇ ਕਹਿੰਦੇ ਵੀ ਮੈਂ ਨਹੀਂ ਜਾਣਾ ਗਾ, ਮੈਂ ਉਹਨੂੰ ਕਿਹਾ ਦਵਿੰਦਰ ਚੱਲ ਗਏ, ਇਹ ਕਹਿੰਦੇ ਨਹੀਂ ਹਾਂ ਚਲੋ, ਇਹ ਕਿਹਾ ਨਹੀਂ ਗਾ ਤੂੰ ਹਾਂ ਚਲੋ, ਫਿਰ ਤੁਸੀਂ ਮੇਰੇ ਨਾਲ ਲੜ ਪੈਂਦੇ ਹੋ ਮੁੜ ਕੇ। ਕਾਹਦੇ ਨਾਲ ਲੜ ਪੈਣਾ? ਜੇ ਮੈਂ ਕਹਿ ਦਿੰਦੀ ਆ ਕਹਿੰਦੇ ਲੱਤਰ ਤੋਂ ਤੁਰਿਆ ਨਹੀਂ ਜਾਂਦਾ, ਉਹ ਤਾਂ ਮੈਂ ਉਹਨੂੰ ਫਿਰ ਬਈ ਵਗਣ ਵਾਸਤੇ ਕਹਿਣਾ ਵੀ, ਜਦੋਂ ਹੁਣ ਆਪਾਂ ਤੜ ਕੇ ਸੈਰ ਕਰਦੇ ਨਾ, ਮਾੜਾ ਜਿਹਾ ਤੇਜ਼ੀ ਨਾਲ ਤੁਰਨਾ ਚਾਹੀਦਾ, ਇਹ ਤਾਂ ਫਿਰ ਜਮ੍ਹਾਂ ਹੀ ਐਂ ਹੀ ਹੋ ਜਾਂਦੀ ਆ ਹੌਲੀ ਹੌਲੀ, ਐਂ ਕਰਕੇ ਜਿਵੇਂ ਇੱਥੇ ਆਪਾਂ ਖੇਡਣ ਨਹੀਂ ਆਏ ਹੁੰਦੇ, ਹੱਸਣ ਖੇਡਣ। ਦਵਿੰਦਰ ਨੂੰ ਮੈਂ ਕਿਹਾ ਵੀ ਦਵਿੰਦਰ ਤੂੰ ਵਿਆਹ 'ਤੇ ਕੀ ਪਾਏਂਗੀ, ਮਤਲਬ ਪੈਰਾਂ 'ਚ? ਕਹਿੰਦੀ ਮੈਂ ਕੀ ਕਿਹਾ ਸੀਗਾ, ਇੱਕ ਤਾਂ ਜੁੱਤੀ, ਇੱਕ ਹੀਲ ਅਤੇ ਇੱਕ ਸੈਂਡਲ। ਅਤੇ ਮੈਂ ਕਿਹਾ ਫਿਰ ਮੈਂ ਦਿਮਾਗ ਜਿਹਾ ਲਾ ਕੇ ਮੈਂ ਦਵਿੰਦਰ ਨੂੰ ਕਿਹਾ, ਮੈਂ ਕਿਹਾ ਕੋਈ ਚੱਕਰ ਨਹੀਂ, ਆਪਣਾ ਮਹਿੰਗੀ ਹੀਲ ਲਵਾਂ ਥੋੜ੍ਹੀ ਜਿਹੀ, 5-7 ਹਜ਼ਾਰ, ਮਤਲਬ ਕਿ ਵਧੀਆ 'ਚ ਹੋਵੇ, ਜਿਹਦੀ ਗਰੰਟੀ ਹੋਵੇ। ਕਹਿੰਦੀ ਉਹ ਕਾਹਤੋਂ? ਅਤੇ ਮੈਂ ਕਿਹਾ ਮੈਨੂੰ ਪਤਾ ਹੀ ਆ, ਜੇ ਟੁੱਟ ਗਈ ਅਗਲਿਆਂ ਤਾਂ ਪੀਸ ਤਾਂ ਨਵਾਂ ਲਿਆਵਾਂਗੇ, ਇੱਕ ਵਿਆਹ ਤੋਂ ਵੱਧ ਤਾਂ ਆਪਾਂ ਕੱਢਣਾ ਨਹੀਂ ਹੁੰਦਾ ਗਾ ਉਹਦੇ ਨਾਲ, ਹੀਲ ਜੀ ਨਾਲ, ਠੀਕ ਹੈ ਨਾ, ਐਂ ਕਰਾਂਗੇ ਆਪਾਂ। ਅੱਗੇ ਜਿਹੜੇ ਮੈਂ ਰਾਸ਼ ਦੀ ਬਰਾਤ ਵਾਲੇ ਦਿਨ ਪਾਈ ਸੀ, ਉਹ ਮੈਂ ਤੋੜੀ ਦਿੱਤੀ ਸੀ, ਉਹੀ ਤਾਂ ਮੈਂ ਕਹਿਣਾ, ਫਿਰ ਹੁਣ ਆਪਾਂ ਮਹਿੰਗੀ ਲਵਾਂ, ਮਤਲਬ ਨਾਲੇ ਮੈਂ ਵੱਡੀ ਕਵਰ ਕਰਨ ਵਾਲੀ ਲਈ ਸੀਗੀ। ਉਹ ਯਾਰ ਪੈਰ ਭਾਰਾ ਹੋਵੇ, ਉਹ ਮਗਰੋਂ ਤਾਂ ਸਹੀ ਰਹਿੰਦਾ, ਉਹ ਜਿਹੜਾ ਪੰਜੇ ਦੇ ਉੱਤੇ ਬੱਦਰੀਆਂ ਹੀ ਹੁੰਦੀਆਂ, ਉਹ ਪੜਾਕੇ ਪੈਂਦੇ ਉਹਨਾਂ ਦੇ, ਟੱਕ ਟੱਕ, ਠੀਕ ਹੈ ਨਾ। ਆਹ ਲੈ ਦਵਿੰਦਰ, ਖੋਲ ਫਿਰ ਖਜ਼ਾਨੇ ਨੂੰ। ਦਵਿੰਦਰ ਨੂੰ ਚਾਬੀ ਦਿੱਤੀ ਆਪਾਂ, ਘਰ ਦੀ ਚਾਬੀ ਸੰਭਾਲਤੀ ਦਵਿੰਦਰ ਨੂੰ ਅੱਜ, ਠੀਕ ਹੈ ਨਾ, ਇਕੱਲੇ ਜਿੰਦੇ ਵਾਲੀ ਸੰਭਾਲੀ ਹੋਈ ਆ, ਖੋਲਣਾ ਤੇ ਬਾਅਦ ਤੇ ਜਿੰਦਾ ਹੀ ਹੁੰਦਾ ਬਈ ਯਾਰ, ਘਰ ਨੂੰ ਹੋਰ ਕੀ ਹੁੰਦਾ ਹੈਗਾ, ਘਰੇ ਜਿੰਦਾ ਹੀ ਲੱਗਦਾ ਹੁੰਦਾ, ਜਿੰਦਾ ਦਿਲ ਖੁਸ਼ ਨੂੰ ਖੋਲਣ ਦੀ ਬਹੁਤ ਕੋਲ ਆ, ਜਿੰਦੇ ਦੀ ਚਾਬੀ ਹੁੰਦੀ ਹੈ ਵੀ ਹੋਰ ਕਾਹਦੀ ਹੁੰਦੀ ਹੈਗੀ, ਉਹ ਤਾਂ ਚਲੋ ਮੰਨੀ ਗੱਲ ਹੈ, ਪਰ ਦਿਲ ਖੁਸ਼ ਨੂੰ ਜਿੰਦਾ ਖੋਲਣ ਦੀ ਇੰਨੀ ਕੋਲ ਆ ਨਾ। ਮੈਂ ਦਵਿੰਦਰ ਨੂੰ ਕਿਹਾ ਮੈਂ ਗਰੰਟੀ ਵਾਲੀ ਲਵਾਂਗੇ, ਤੂੰ ਤੋੜਦਿਆ ਕਰੀ ਆਪਾਂ ਨਵਾਂ ਜੋੜਾ ਲਿਆ ਕਰਾਂਗੇ, ਤੋੜਦਿਆ ਕਰੀ ਆਪਾਂ ਨਵਾਂ ਜੋੜਾ ਲਿਆ ਕਰਾਂਗੇ, ਨਾ ਹੈ ਨਾ ਖਾਏਗਾ ਨਾ ਟੈਨਸ਼ਨ, ਇੱਕ ਵਾਰ ਲਗਾਓਗੇ। ਆਓ ਜੀ ਮੈਡਮ ਜੀ, ਤੁਸੀਂ ਕਰੋ ਉਦਘਾਟਨ ਜੀ ਘਰ ਦਾ, ਗੇਟ ਜਿਹੜਾ ਤੁਸੀਂ ਆਪਣੇ ਕਰ ਕਲਮਾਂ ਨਾਲ ਕੀ ਕਰ ਕਮਲਾਂ ਨਾਲ ਖੋਲੋ, ਮੈਂ ਤਾਂ ਜਾਣਾ ਗਾ, ਮੈਨੂੰ ਉਹ ਲਿਆ ਦੀ ਇੱਕ ਕਰ ਦ, ਦਾਤਨ ਲੈ ਕੇ ਆਉਣਾ, ਦਾਤਨ ਕਰਾਂਗੇ। ਮੈਂ ਕਹਿੰਦਾ ਵੀ ਹੁਣ ਤੁਰ ਕੇ ਰਹਿਣ ਦਿੰਦੇ, ਹੁਣ ਚੱਲਦੇ ਹਾਂ ਸਾਈਕਲ 'ਤੇ, ਨਾਲੇ ਤਾਂ ਸਾਈਕਲ ਚਲਾਇਆ ਹੋਣਾ 3-4-5 ਕਿਲੋਮੀਟਰ, ਹੈ ਨਾ, ਅਤੇ ਨਾਲੇ ਕਰ ਆਵਾਂਗੇ ਦਾਤਣ, ਅਤੇ ਅੱਜ ਤੋਂ ਸਾਈਕਲ ਵੀ ਸ਼ਾਮਾਂ ਨੂੰ ਚੱਲਿਆ ਕਰਾਂਗੇ, ਕਿਉਂਕਿ ਵਾਹਵਾ ਦਿਨ ਹੋ ਗਏ ਸੀਗੇ, 3-4 ਦਿਨ ਹੋ ਗਏ, ਹੈ ਨਾ, ਪਰਸੋਂ ਸੱਚ ਜਾਣਾ ਸੀਗਾ, ਉੱਦਣ ਚਲਾਇਆ ਨਹੀਂ ਗਿਆ, 2 ਦਿਨ ਹੋ ਗਏ ਸਾਈਕਲਿੰਗ ਵੀ ਨਹੀਂ ਕਰੀਗੀ, ਅਤੇ ਅੱਜ ਤੋਂ ਕਰਤੀ ਸਟਾਰਟ, ਇਹ ਵੀ ਚੱਲਿਆ ਕਰਾਂਗੇ। ਅਤੇ ਮੈਨੂੰ ਆਇਆ ਸੀ ਮੈਂ ਕਹਿੰਦਾ ਤਾਂ ਪੈਂਚਰ ਜਿਹਾ ਲੱਗਿਆ, 2 ਦਿਨ ਖੜ੍ਹਾ ਰਹਿਣ ਦੇ ਸਹੀ ਜੇ ਹੋ ਜੂਗਾ,
ਸੋ ਤਾਂ ਵੀ ਨਹੀਂ ਚਲਾਇਆ ਹੈਗਾ ਕੁਛ ਤਾਂ, ਪਰ ਅੱਜ ਕਰਦੇ ਹਾਂ ਇਹਦੀ ਚੈਕਿੰਗ ਵੀ ਹਵਾ ਖੜਦੀ ਆ ਕਿ ਨਿਕਲਦੀ ਆ। ਲੋ ਵੀ ਫਿਰ ਸੰਤਰੀ ਰੰਗ ਦਾ ਜਿਹੜਾ ਸੂਰਜ ਆ ਨਿਕਲ ਰਿਹਾ ਹੈਗਾ ਹੌਲੀ ਹੌਲੀ ਆ ਗਈ ਰਜਾਈ ਦੇ ਵਿੱਚੋਂ ਬਾਹਰ, ਅਤੇ ਵਧੀਆ ਇੱਧਰ ਵੀ ਨਹੀਂ ਆ ਰਿਹਾ ਬਈ ਯਾਰ, ਬਲਾੜ ਮਹਿਮੇ ਤੱਕ ਆ ਗਏ, ਬਲਾੜ ਮਹਿਮਾ ਹੈਗਾ ਗਾ ਆਪਣਾ 5 ਕਿਲੋਮੀਟਰ। ਆਹ ਵੇਖੋ ਇੱਥੇ ਲਿਖ ਕੇ ਵੀ ਲਾਇਆ ਹੋਇਆ, ਆਪ ਵੇਖੋ ਆਪਣੇ ਘਰ ਜਿੱਥੇ ਆ ਬਠਿੰਡਾ ਜੈਤੋ ਰੋਡ 5 ਕਿਲੋਮੀਟਰ, 5 ਆ ਗਏ ਹੁਣ ਇੱਥੋਂ। ਮੈਂ ਚੱਲ ਮਾੜਾ ਤੁਰ ਲਗੇ 2 ਮਿੰਟ, ਦੋ ਤਿੰਨ ਦਿਨ ਹੋ ਗਏ ਲੱਤਾਂ ਜਿਹੀਆਂ ਦੁਖਣ ਲੱਗ ਗਈਆਂ, 5 ਆ ਗਏ, 5 ਚੱਲਾਂ 10 ਕਿਲੋਮੀਟਰ ਉਹੀ ਹੋ ਗਿਆ ਫ੍ਰੀ ਦਾ ਹੀ। ਆਇਆ ਤਾਂ ਹੀ ਸੀਗਾ ਵੀ ਚੱਲ ਕਿਲੋ 2 ਕਿਲੋਮੀਟਰ ਹੀ ਜਾਊਂਗਾ, ਪਰ ਬਣ ਗਿਆ ਮੂਡ ਉੱਧਰੋਂ ਇੱਕ ਵਧੀਆ ਚੱਲ ਪਏ ਇੱਧਰ ਫੋਨ ਜੇ ਅਤੇ ਗਾਣੇ ਜੀ, ਅਤੇ ਮੈਂ ਫਿਰ ਚੱਕੀ ਚੱਲੋ ਝੋਟ ਜਿੱਥੋਂ ਤੱਕ ਗੱਲ ਬਣਦੀ ਹੈ ਬਣਾ ਦਿਓ। ਹਾਂਜੀ ਪੱਤਕਰੇ ਤੁਸੀਂ, ਤੁਸੀਂ 4 ਵਜੇ ਦੇ ਉੱਠ ਕੇ ਉਹ ਤੋਂ ਬਾਅਦ ਛੁੱਤੇ ਨਹੀਂ ਗਏ, ਛੁੱਤੇ ਕਿਉਂ ਨਹੀਂ ਗਏ ਤੁਸੀਂ? ਹੈਂ ਪੁੱਤ ਛੁੱਤਾ ਕਿਉਂ ਨਹੀਂ ਗਾ ਤੂੰ? ਨੀਂਦ ਨਹੀਂ ਆਉਂਦੀ ਤੈਨੂੰ? ਤੂੰ ਵੱਡਾ ਜਦੋਂ ਜਾਗਣਾ ਹੋਇਆ ਕਰੂ ਉਦੋਂ ਤੈਨੂੰ ਨੀਂਦ ਆਇਆ ਕਰੂਗੀ, ਹੁਣ ਤੈਨੂੰ ਨੀਂਦ ਨਹੀਂ ਆਉਂਦੀ। ਟਿਚਕੂੰ ਟਿਚਕਿਉਂ ਜਾਦਾ ਜਾਦਾ ਟਿਚਕਿਉਂ, ਤਾਜੂ ਬੈਠਣਾ ਲਿਆ ਤੈਨੂੰ ਭਾਗੇ ਪੁੱਤ, ਬੈਠੇਗਾ ਲਿਆ ਜਾ ਫਿਰ, ਆ ਜਾ ਖੜਾ ਕਰਕੇ ਤੈਨੂੰ ਖੜਾ ਕਰ ਦੇਗੀ, ਮੇਰੇ ਪੁੱਤ ਨੂੰ ਖੜਾ ਕਰਕੇ ਆ ਜਾ ਬਿਲ। ਮੇਰਾ ਪੁੱਤ ਬੈਠਣ ਲੱਗ ਗਿਆ ਆਪੇ, ਛੂਹਣਾ ਜਾ ਜਾਦਾ। ਦੇਖੀ ਆਂਟੀ ਐਂ ਸਪੋਰਟ ਦੇ ਦਿਆ ਕਰਕੇ ਇਹਨੂੰ, ਹੈ ਨਾ ਪੁੱਤ ਓਏ, ਨਾ ਡਿੱਗਦਾ ਨਾ ਬਾਜਦਾ, ਹੁਣ ਐਂ ਕਰਦੇ ਟਿਚਕਿਉਂ ਜਾਦਾ ਟਿਚਕਿਉਂ ਟਿਚਕਿਉਂ ਜਾਦਾ ਟਿਚਕਿਉਂ ਗੁਗੜੀ ਬੁਗੜੀ। ਸਾਜੂ ਆਇਆ ਚਲੇ ਗਏ, ਡੈਡੀ ਵੀ ਛੂਹਣਾ ਬਣ ਚੱਲਿਆ, ਤੈਨੂੰ ਬਣਾ ਕੇ ਲਿਆ ਕੇ ਛੂਹਣਾ। ਆ ਜਾ ਫਿਰ, ਆ ਜਾ ਚੱਲ ਗਏ ਪਾਓ ਜੀ, ਪਾਓ ਜੀ, ਜ਼ਰੂਰ ਪਾਓ ਜੀ। ਅਏ ਰੱਬਾ, ਚੱਲਣਾ ਫਿਰ ਛੂਹਣਾ ਬੰਨ, ਤੂੰ ਵੀ ਛੂਹਣਾ ਕਾਕਾ। ਅਜੇ ਕਾਕੇ ਤਾਂ ਛੂਹਣੇ ਹੀ ਹੁੰਦੇ ਆ, ਕਾਕੇ ਤਾਂ ਛੂਹਣੇ ਹੀ ਹੁੰਦੇ ਆ, ਟਿਚਕਿਉਂ ਟਿਚਕਿਉਂ। ਇੱਕ ਇਹਨਾਂ ਨੇ ਤੜਕੇ ਤੜਕੇ ਵੀ ਤਾਰ ਤੋੜਤੀ ਥੋੜੀ ਕੱਪੜੇ ਵਾਲੀ, ਐਂ ਕਿਵੇਂ ਟੁੱਟ ਗਈ ਯਾਰ, ਤੁਸੀਂ ਤੋੜ ਦਿੰਦੇ ਹੋ। ਜਿਹਦਾ ਜੀ ਕਿਹਦਾ ਜੀ ਕਰਦਾ, ਤਾਰਦਾ ਜਿੱਥੋਂ ਜੀ ਕਰਦਾ ਉੱਥੇ ਟੁੱਟ ਜਾਂਦੇ ਆ। ਅੱਛਾ, ਤਾਰਦਾ ਵੀ ਜੀ ਹੁੰਦਾ ਕਿਉਂ? ਲੋਹੇ ਦੀ ਪੱਕੀ ਲਿਆਂਦੀ ਹੋਵੇ ਯਾਰ ਤਾਰ ਦੀ, ਇਹ ਹੈਗੀ ਦੂਜੀ ਮੈਨੂੰ ਲੱਗਦਾ, ਆਹ ਨੀ ਜਿਹੜੀ ਆਪਣੇ ਲਾਈ ਵੀ ਆਹ ਵਾਲੀ ਪੱਕੀ ਤਾਰ ਹੈਗੀ, ਆਹ ਜਮਾਂ ਦੀ ਵਧੀਆ ਹੈਗੀ ਲੈ, ਆਹ ਜਮਾਂ ਹੀ ਟੁੱਟੀ ਗਈ ਬਈ ਆਹ ਵਾਲੀ। ਹੈਂ, ਇਹ ਤਾਂ ਬੋਦੀ ਹੋ ਜੂਗੀ ਧੁੱਪ ਚੂਈ ਯਾਰ, ਆਹ ਤਾਰ ਵੈਸੇ ਵਧੀਆ ਹੁੰਦੀ ਹੈਗੀ, ਹੁਣ ਇਹਨਾਂ ਨੇ ਤੋੜ ਲਈ, ਇਹ ਕਹਿੰਦੀਆਂ ਵਧੀਆ ਨੀ ਗੀ। ਆਹ ਵੇਖੋ ਨਾਲ ਇਹਦੇ ਨਾਲ ਕੁਛ ਜੰਗਾਲ ਜਗੂਨ ਨੀ ਲੱਗਦੀ ਕੱਪੜਿਆਂ ਨੂੰ। ਨਿਰਨੇ ਕਾਲਜ ਜੇ ਖਾਧੀ ਰੋਟੀ ਭਾਰ ਘੱਟਦਾ ਦਵਿੰਦਰ, ਤਾਂ ਹੀ ਖਾ ਲੈਂਦੀ ਹੈ। ਚੱਲ ਕੋਈ ਨੀ, ਖਾ ਲੋ, ਖਾਣ ਵਾਸਤੇ ਪਕਾਂਗਾ ਆਪਾਂ, ਹੋਰ ਕਾਹਦੇ ਵਾਸਤੇ ਪਕਾਂਗਾ। ਸਵਾਦ ਆ, ਨੂਣ ਕਿਵੇਂ ਜ਼ਿਆਦੇ ਤਾਂ ਨੀ ਜ਼ਿਆਦੇ ਆ?
ਹਾਂ ਅੱਜ ਤਾਂ ਠੀਕ ਹੈ ਹੈ ਤੂੰ ਆਪਣਾ ਬੈਠਣ ਲੱਗ ਗਿਆ ਨਾ ਤਾਜੂ ਦਾ ਹੀ ਆ ਬਾ ਤਾਜੂ ਹੁਣ ਭੱਜਣ ਵੀ ਲੱਗ ਜੂਗਾ ਲੋ ਵੀ ਅੱਜ ਬਾਵਾ ਦਿਨਾਂ ਬਾਅਦ ਆਪਣਾ ਮੋਟਰਸਾਈਕਲ ਕੱਢਿਆ ਨਾਲੇ ਤਾਂ ਚੱਲ ਜੂਗਾ ਬਸ ਜ਼ਿਆਦਾ ਚੀਜ਼ਾਂ ਹੋਣ ਦਾ ਵੀ ਦੁੱਖ ਹੀ ਹੁੰਦਾ ਫਿਰ ਇਹਨਾਂ ਨੂੰ ਚਲਾਉਣਾ ਵੀ ਪੈਂਦਾ ਗਾ ਖਰਚਾ ਵੀ ਕਰਨਾ ਪੈਂਦਾ ਗਾ ਅਤੇ ਲੋ ਹੁਣ ਇਹਨੂੰ ਲੈ ਕੇ ਚੱਲਦੇ ਹਾਂ ਨਾਲੇ ਚੱਲੇ ਅੱਗੇ ਨਾਈ ਕੋਲ ਬਾਲ ਬੂਲ ਕਟਾਏ ਅੱਗੇ ਅੱਧੀ ਕਿੱਕ 'ਤੇ ਸਟਾਰਟ ਸਾਡਾ ਹੀਰੋ ਤੂੰ ਹੋਰ ਦੱਸ ਕੀ ਭਾਲਦੀ ਦਵਿੰਦਰ ਕੌਰ ਬਹਿ ਜਾ ਆ ਜਾ ਕਰਾਂ ਹੈ ਜਾਣਾ ਚੱਲੋ ਬਈ ਲੌਟ ਕੇ ਬੁੱਧੂ ਘਰ ਕੋ ਜਾਏ ਉਹ ਗੱਲ ਬਣ ਗਈ ਅਜੇ ਤਾਂ ਜਾਂਦਾ ਨਹੀਂ ਕਹਿੰਦਾ ਬਾਹਰ ਗਿਆ ਮੈਂ ਰਿਸ਼ਤੇਦਾਰੀ ਉਹ ਫਿਰਦਾ ਗਾ ਟ੍ਰੇਨਾਂ ਦੀਆਂ ਸੀਟੀਆਂ ਸੁਣਦਾ ਆਪਾਂ ਵੀ ਚੱਲਦੇ ਹਾਂ ਘਰੇ ਮੰਮੀ ਹੋਰਾਂ ਨੇ ਕਹਿਣਾ ਸੀ ਪਹਿਲਾਂ ਤਾਂ ਪਤਾ ਤਾਂ ਕਰ ਲੈਂਦਾ ਵੀ ਆਊਗਾ ਕਿ ਨਹੀਂ ਮੂੰਹ ਚੱਕ ਕੇ ਲੈ ਗਿਆ ਮੋਟਰਸਾਈਕਲ ਤੁਰ ਗਿਆ ਤੇਲ ਮਚਾਉਂਦੇ ਫਿਰਦੇ ਐਵੇਂ ਭੌਂਕਦੇ ਫਿਰਦੇ ਐਂ ਦੱਸੂਗੀ ਤਾਂ ਕੀ ਤਾਂ ਘਰੇ ਹਜਾ ਲੈਂਦਾ ਐਂ ਗਾਲਾਂ ਨਿਕਲ ਕੇ ਮੈਨੂੰ ਤਾਂ ਮੰਮੀ ਬਹੁਤ ਲੜਦੀ ਆ ਬਈ ਪਰ ਹਾਂ ਜਦੋਂ ਮਾਂ ਪਿਓ ਆਪਣੇ ਨਾਲ ਆ ਨਾ ਉਦੋਂ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਜਦੋਂ ਮਾਂ ਪਿਓ ਇਸ ਦੁਨੀਆਂ ਚੱਲ ਜਾਂਦੇ ਫਿਰ ਪਤਾ ਲੱਗਦਾ ਫਿਰ ਆਪਾਂ ਇਹ ਗਾਲਾਂ ਨੂੰ ਵੀ ਮਿਸ ਕਰਿਆ ਕਰਾਂਗੇ ਅਤੇ ਚਲੋ ਹੁਣ ਚੱਲ ਗਏ ਘਰ ਨੂੰ ਬੋਲ ਕੇ ਵਾਹਿਗੁਰੂ ਮੇਰਾ ਤਾਂ ਕੁਛ ਨਹੀਂ ਬਣਿਆ ਪਰ ਪੀਤੇ ਰੀਆਂ ਨਜ਼ਾਰੇ ਬਣ ਗਏ ਇਹਨਾਂ ਦਾ ਫਿਰ ਤੜਕੇ ਤੜਕੇ ਨਵੇਂ ਸੂਟ ਆ ਗਏ ਇਹ ਕਿੱਥੇ ਲੈ ਕੇ ਜਾਣੇ ਤੁਸੀਂ ਇੰਨੇ ਸੂਟ ਸਮਾ ਸਮਾ ਕੇ ਮੈਨੂੰ ਸੂਟ ਨਹੀਂ ਸਮਝ ਆਉਂਦੀ ਗੀ ਹੈਂ ਮੈਂ ਕਿਤੇ ਆ ਸੁੱਟ ਦਿਆ ਤਾਜ ਵਜਣੇ ਇਹ ਨਾ ਆਪਾਂ ਇੱਕ ਕਰਾਂ ਇੱਕ ਤਾਂ ਬਲਬ ਲਾਵਾਂਗੇ ਮੰਮੀ ਉੱਥੇ ਨਾਲੇ ਤਾਂ ਆਹ ਜਿਹੜਾ ਬਦਮੇ ਜੇ ਵੱਢ ਦਿਆਂਗੇ ਅਤੇ ਨਾਲੇ ਇੱਕ ਬਲਬ ਲਾਵਾਂਗੇ ਇੱਥੇ ਬਈ ਯਾਰ ਤੜਕੇ ਗੋਹਾ ਗਾ ਸਿੱਟਦੇ ਹਾਂ ਹਨੇਰਾ ਹੁੰਦਾ ਉਦੋਂ ਬਹੁਤ ਔਖਾ ਹੁੰਦਾ ਗਾ ਦੀਨਾ ਨਹੀਂ ਗਾ ਕੁਛ ਉਦੋਂ ਹਾਂ ਪਸ਼ੂ ਹੁਣ ਬਾਹਰ ਕੱਢਣ ਲੱਗਣੀ ਆ ਕਿੰਨੇ ਦਿਨਾਂ ਤੱਕ ਉਹ 5-10 ਦਿਨਾਂ ਤੱਕ ਲੱਗ ਜਾਂਗੇ ਉੱਧਰ ਹੁਣ ਮਾਰੀ ਆ ਉੱਧਰ ਵੀ ਮਾਰੀ ਆ ਬਦਲਿਆਂ ਦਾ ਕਹਿਰਾ ਕਿ ਨਹੀਂ ਉਹ ਯਾਰ ਮੰਮੀ ਦਾਤੀ ਪਈ ਸੀ ਉਹ ਕੈਰੇ ਚ ਪਈ ਸੀ ਯਾਰ ਚੱਲ ਇਹ ਤਾਂ ਇੱਧਰ ਪਈ ਆ ਹੁਣ ਤਾਂ ਚੱਲ ਕੋਈ ਚੱਕਰ ਨਹੀਂ ਕਿਹੜੇ ਚ ਕਰਤਾ ਹੁਣ ਤੂੰ ਪਾਣੀ ਉਹ ਇਹਦੇ ਜੀ ਤਾਂ ਪਈ ਸੀਗੀ ਦਾਤੀ ਉਹ ਮੈਂ ਕੱਲ ਰੱਖੀ ਸੀਗੀ ਪੱਠੇ ਵੱਢਣ ਨੂੰ ਅਜੇ ਕਹਿੰਦੇ ਭਾਰ ਨੀ ਘਟਦਾ ਭਾਰ ਨੀ ਭਾਰ ਕੇ ਤੁਹਾਡਾ ਘਟ ਜੇ ਹੈ ਲੱਡੂ ਦਾ ਵੇਖੋ 1.5 ਬੁਰਕੀ ਬਣਦੀ ਹੈਗੀ ਸਾਫਤੇ ਦੀ ਉਹ ਵੀ ਜਿਹੜਾ ਕੱਲ ਲਿਆਂਦਾ ਬੂੰਦੀ ਵਾਲੇ ਦੀ ਭਾਰ ਕਿਤੋਂ ਘਟ ਜੂ ਇਹਨਾਂ ਦਾ ਡਾਕਟਰ ਕਹਿੰਦਾ ਬੰਦ ਕਰੋ ਮਿੱਠਾ ਉੱਡ ਕੇ ਮਿੱਠੇ ਨੂੰ ਦੇਖ ਕੇ ਤੇਰੀ ਜੀਭ ਤੇ ਪਾਣੀ ਆ ਜਾਂਦਾ ਪਰ ਇਹ ਕੁੜੀ ਸਾਡੀ ਹਟਦੀ ਨਹੀਂ ਖਾਣੋ ਹੈ ਤੂੰ ਹਟਦੀ ਨਹੀਂ ਖਾਣੋ ਮਿੱਠਾ ਇਹ ਇਹ ਆਓ ਦੇਖੋ ਇਹ ਕਿਉਂ ਆਪਾਂ ਪੱਠੇ ਪੁੱਠੇ ਪਾ ਦੇ ਤੇ ਆਪਣੇ ਘਰ ਦੇ ਆਪਾਂ ਨੂੰ ਹੈਗੇ ਗੋਲ ਤੋਂ ਪਟਕਾਉਂਦੇ ਜਾਣ ਜਾਣ ਕੇ ਮੈਨੂੰ ਫੋਨ ਕਰਕੇ ਕਹਿੰਦੇ ਆ ਜਾ ਬ੍ਰੈਡ ਲਿਆਂਦੇ ਆ ਪਕੌੜੇ ਲਿਆਂਦੇ ਫਲਾਨਾ ਲਿਆਂਦਾ ਤੂੰ ਘਰ ਲੈ ਲੈ ਕਿੱਥੇ ਲਿਆਂਦੇ ਬ੍ਰੈਡ ਪਕੌੜੇ ਲੈ ਆਇਆ ਹੈ ਸਾਨੂੰ ਤਾਂ ਤੇਰੇ ਨਾਲ ਗੱਪ ਮਾਰੀ ਤਾਂ ਐਡਾ ਖਾ ਲੈ ਮੈਂ ਯਾਰ ਕਰ ਰਿਹਾ ਕਰਦੇ ਤੂੰ ਤਾਂ ਮੈਂ ਖਾਣੇ ਨਹੀਂ ਆਪਾਂ ਤਾਂ ਪਰ ਖਾਣੇ ਨਹੀਂ ਖਾ ਲੋ ਇਹ ਤਾਂ ਬ੍ਰੈਂਡ 'ਚ ਹੀ ਨਾ ਰਹਿ ਗਿਆ ਆਪਾਂ ਤਾਂ ਪਹਿਲਾਂ ਹੀ ਕਹਿ ਦਿਆ ਦਾਜੂ ਆਪਾਂ ਨਹੀਂ ਖਾਣੇ ਓਏ ਅਸੀਂ ਤਾਂ ਖਾਵਾਂਗੇ ਦਾਜੂ ਨਹੀਂ ਇੱਕ ਤੇਰਾ ਦਾਜੂ ਖਾ ਗਿਆ ਫਿਰ ਅਸੀਂ ਨਹੀਂ ਖਾਂਦੇ ਪੀਤੇ ਤੂੰ ਵੀ ਹੋਊਗੀ ਪਤਲੀ ਫਿਰ ਤੇਰਾ ਵੀ ਘਟ ਗਿਆ ਭਾਰ ਮੋਟੀ ਹੁੰਦੀ ਤੂੰ ਚੁਣਗੇ ਖਾਈ ਜਾਂਦੀ ਆ ਹੈ ਸਾਫ ਤੇ ਨਾ ਪੰਜ ਖਾ ਲੇ ਤਾਜੂ ਨੂੰ ਕਹਿ ਤੂੰ ਪਤਲੀ ਤੂੰ ਮੋਟੀ ਨੀ ਹੁੰਦੀ ਅਸੀਂ ਪਤਲੇ ਨੀ ਹੁੰਦੇ ਤੂੰ ਚੁਣਗੇ ਖਾਈ ਜਾਂਦੀ ਆ ₹500 ਉਹ ਖਾਵਾਂਗੇ ਨਾਨ ਨੀ ਖਾਂਦੇ ਉਹਦਾ ਕੀ ਫਾਇਦਾ ਮੈਦੇ ਦਾ ਕਿ ਨਹੀਂ ਦਾਜੂ ਆ ਟਿਚ ਕਿਉਂ ਜਦਾ ਟਿਚ ਕਿਉਂ ਆ
ਨਹੀਂ ਤੇ ਅੱਜ ਵੀ ਤੇਰੇ ਲੱਗਣਾ ਨਹੀਂ ਗਾ ਟੀਕਾ ਦੂਜਾ। ਕੱਲ ਮੈਂ ਤਾਂ ਨੀ ਲਵਾਇਆ, ਤੂੰ ਤਾਂ ਕਹੀ ਜਾਂਦੀ ਮੇਰੇ ਦੁਖੀ ਜਾਂਦੇ ਆ ਪਹਿਲਾਂ ਦੇ ਟੀਕੇ। ਹੁਣ ਇੱਕ ਤਾਂ ਤੇਰੇ ਟੀਕਾ ਲਵਾ ਕੇ ਲਿਆਉਣਾ, ਇੱਕ ਸੂਟ ਲੈ ਕੇ ਆਉਣਾ, ਤੇ ਇੱਕ ਮੰਮੀ ਨੇ ਕੀ ਕਰਾਉਣਾ? ਨਹੀਂ ਮੰਮੀ ਦੇ ਪੈਰ ਪੂਰ ਲੈ। ਨਹੀਂ ਨਹੀਂ ਬਈ ਮੇਰਾ ਮੇਰੇ ਵੱਲੋਂ ਕੋਈ ਵਾਅਦਾ ਨਹੀਂ ਕੀਤਾ ਜਾਂਦਾ, ਸਾਰੀਆਂ ਗੱਲਾਂ ਕਾਲਪਨਿਕ ਆਗੀਆਂ। ਨਹੀਂ ਤੇ ਉਹ ਮੰਮੀ ਦਾ ਕੀ ਕਰਾ ਕੇ ਲਿਆਉਣਾ? ਮੰਮੀ ਦਾ ਪੈਰ ਵੀ ਦੁਖਦਾ, ਇਹ ਸਾਰਾ ਕੁਝ ਕਰਾ ਕੇ ਲਿਆਵਾਂ ਬਈ। ਹਜੇ 4 ਵਜੇ ਸਹੀ ਤੇ ਆਪਾਂ ਆਪਦੀ ਨਾ ਸਾਈਕਲਿੰਗ ਕਰਿਆ ਕੇ ਮੈਂ ਸਹੀ ਆ ਜਾਣਾ। ਹੈਂ ਐਵੇਂ ਲੈ ਕਿਉਂ ਫਿਰ ਵੀਰਪਾਲ? ਮੈਂ ਕਿਹਾ ਤਾਂ ਮੈਨੂੰ ਕਹਿੰਦੀ ਆ ਕਿ ਇੱਕ ਸੂਟ ਦੇ ਪੈਸੇ ਦਿਲਕੋ ਸੈਂਡ ਕਰੂੰ। ਮੈਂ ਕਿਹਾ ਇਹ ਗੱਲਾਂ ਕਾਲਪਨਿਕ ਆ, ਇਹਨਾਂ ਤੇ ਕੋਈ ਯਕੀਨ ਨਹੀਂ ਕਰਨਾ ਕਿਸੇ ਨੇ ਵੀ। 4 ਵੱਜ ਗਏ ਹੈਗੇ, ਤੁਸੀਂ ਐਂ ਕਰੋ ਨਾ, ਮੈਂ ਅੱਧੇ ਪੌਣੇ ਘੰਟੇ 'ਚ ਮੁੜਿਆ ਆਉਣਾ ਆਂਟੀ ਇਹਨਾਂ ਨੂੰ ਕਹਿ, ਅਤੇ ਆਪਦਾ ਰੈਡੀ ਰਿਹੋ। ਹੋਰ ਯਾਰ ਇਹਨਾਂ ਦਾ ਕਰਾ ਲਿਆ, ਪਹਿਲਾਂ ਗਏ ਤਾਂ ਸੀਗੇ ਡੈਡੀ ਵਰਗੇ ਮੰਡੀਆਂ ਹੋਣੀ ਆਏ, ਇਹ ਵੀ ਕੱਪੜੇ ਕੁੱਪੜੇ ਲੈਣ ਗਏ ਸੀਗੇ ਹੈ ਨਾ, ਜਿਵੇਂ ਹੁਣ ਦੀਵਾਲੀ ਦੁਸਹਿਰਾ ਆਉਣ ਵਾਲਾ, ਆਪਣੇ ਦੀਵਾਲੀ ਦੁਸਹਿਰੇ 'ਤੇ ਛਕਾਉਂਦੇ ਹੈਗੇ ਸ਼ਹੀਦਾਂ ਰੋਟੀ ਜਿੱਦਾਂ ਵੱਡਿਆਂ ਨੂੰ ਹੈ ਨਾ, ਜਿਵੇਂ ਡੈਡੀ ਨੂੰ ਲਾ ਲਓ। ਸੋ ਉਹ ਕੱਪੜੇ ਕੁੱਪੜੇ ਲੈਣ ਗਏ ਸੀ ਮੰਮੀ ਹਰੀਆਂ ਵਾਸਤੇ, ਫਿਰ ਦਵਿੰਦਰ ਨਹੀਂ ਗਈ, ਵੱਡੀ ਮੰਮੀ ਨਹੀਂ ਗਈ, ਬਾਕੀ ਗਏ ਸੀਗੇ। ਉਹ ਹੁਣ ਕਹਿੰਦੇ ਹੁਣ ਜਾਣਾ ਗਾ, ਮੈਂ ਕਿਹਾ ਫਿਰ ਮੈਂ ਤਾਂ ਅੱਜ ਪੱਠੇ ਟਾਈਮ ਨਾਲ ਹੀ ਰਲਾਏ ਸੀਗੇ, ਅਤੇ ਫਿਰ ਇਹੀ ਆ ਮੈਂ ਆਪਦਾ ਸਾਈਕਲ ਟਾਈਮ ਨਾਲ ਹੀ ਘਰੇ ਆਉਣਾ ਗਾ ਹੈ ਨਾ, ਚਲਾ ਆਉਣਾ ਗਾ, ਫਿਰ ਆ ਕੇ ਆਪਾਂ ਚੱਲ ਵੜਾਂਗੇ। ਕਹਿੰਦੇ ਠੀਕ ਆ, ਅਤੇ ਲਓ ਵੀ ਫਿਰ ਘਰੇ ਅੱਗੇ 10 ਕੁ ਕਿਲੋਮੀਟਰ ਇੱਧਰ ਹੀ ਚੱਲਾਂਗੇ ਜਿੱਧਰ ਸਵੇਰੇ ਗਏ ਸੀ। ਆਪਾਂ 4:06 'ਤੇ ਸਟਾਰਟ ਕਰੀ ਸੀਗੀ ਸਾਈਕਲਿੰਗ, 5 ਵੱਜ ਗਏ ਆ ਗਏ, ਕਹਿਣ ਦਾ ਭਾਵ ਹੋ ਚੁੱਕਿਆ 54 ਅਤੇ 19 ਕਿਲੋਮੀਟਰ ਦਾ ਆਪਾਂ ਰਸਤਾ ਜਿਹੜਾ ਕਵਰ ਕਰਿਆ ਹੈ ਦਾਨ ਸਿੰਘ ਵਾਲੇ ਤੱਕ ਦਾ। ਪਤਾ ਨਹੀਂ ਬਾਕੀ ਪੱਕਾ ਕਿੰਨੇ ਕਿਲੋਮੀਟਰ, ਆਪਾਂ ਨੈੱਟ 'ਤੇ ਦੇਖ ਲਈਦਾ ਵੀ ਕਿੰਨੇ ਕਿਲੋਮੀਟਰ ਬਣਦਾ, ਉਸ ਹਿਸਾਬ ਨਾਲ ਕਰ ਲਈਦਾ। ਚਲੋ ਵੀ ਹੁਣ ਪੱਠੇ ਵੱਢੀਏ, ਪੱਠੇ ਵੱਢਣ ਤੋਂ ਬਾਅਦ ਫਿਰ ਦਵਾਈ ਦੂਈ ਦਵਾ ਕੇ ਲਿਆਉਣੇ ਇਹਨਾਂ ਨੂੰ। ਚਲੋ ਵਿਆਹ ਵੀ ਸਾਰਾ ਪਾਣੀ ਅੱਜ ਆਪਾਂ ਲਾ ਤਾ ਗਾ, ਅਤੇ ਡੈਡੀ ਕਹਿੰਦਾ ਦੂਜੇ ਕੈਰਾਂ 'ਚ ਵੀ ਪਾਣੀ ਲਾ ਦੇਣਾ, ਕਹਿੰਦਾ ਫਿਰ ਇਕੱਠੇ ਨੂੰ ਸਾਰਾ ਰੋਟਾਵੇਟਰ ਕਰਵਾਵਾਂ, ਕਿਉਂਕਿ ਇਹ ਹੈਗੇ ਆਪਣੇ ਦੂਰ ਵਾਲੇ ਪੱਠੇ, ਅਤੇ ਦੂਰ ਵਾਲੇ ਪੱਠਿਆਂ 'ਚ ਫਿਰ ਤੁਹਾਨੂੰ ਪਤਾ ਹੀ ਹੈ ਬਈ ਜਿਹੜੇ ਮੁੱਢ ਆ ਨਾ ਉਹ ਹੋ ਜਾਂਦੇ ਬਚ ਗਏ, ਹੋ ਗਿਆ ਸੀਗਾ ਉਹੀ ਕੰਮ। ਜਿਹੜੇ ਦੂਰ ਵਾਲੇ ਪੱਠਿਆਂ 'ਚ ਨਾ ਬਈ ਮੁੱਢ ਹੋ ਜਾਂਦੇ ਡਬਲ, ਰਾਹ ਨਾਲ ਡੈਡੀ ਨਾ ਹਟਦਾ ਨਹੀਂ ਗਾ। ਹੁਣ ਇਹ ਪੱਠੇ ਵੀ ਚੱਕਣੇ ਵੀ ਪੈਣਗੇ, ਤੁਰਾਂਗੇ ਕਿੱਦਾਂ, ਡੈਡੀ ਆਪਣਾ ਬਹਾਦੂ ਪਾਸੇ, ਹੌਲੀ 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 ਬਚਾਅ ਨਾਲ ਤੁਰਨਾ ਪੈਣਾ ਗਾ। ਉਹਦੇ 'ਚ ਆਪਣੇ ਰਹਿੰਦੇ ਆ 2 ਕੁ ਦਿਨਾਂ ਦੇ ਪੱਠੇ, ਉਹ ਵੀ ਬਲੇਟ ਦੇ। ਲਓ ਵੀ ਬੰਨਾ ਤੋਂ ਗਿਆ ਹੋ ਚੁੱਕਿਆ ਰੈਡੀ ਖਰਚਾ ਕਰਾਉਣ ਦੇ ਵਾਸਤੇ, ਵੱਡੇ ਵੱਡੇ ਡਰਾ ਤੇ ਵੱਡਿਆਂ ਵੱਡਿਆਂ ਨੂੰ ਖੜੇ ਕਰਤਾ ਜਿਹੜੇ ਸੁੱਤੇ ਪਏ ਸੀ, ਕਿਉਂਕਿ ਸਾਡੀ ਬਾਤ 'ਚ ਹੀ ਇੰਨਾ ਜ਼ੋਰ ਦਾਵਕਾ ਤੇ ਦਾਮ ਆ। ਹੁਣ ਜਾਣਾ ਕਿਹਨੇ ਕਿਹਨੇ ਆ? ਚੱਕ ਲਿਆ, ਚੱਕ ਲਿਆ ਉਹਦਾ ਟੀਕਾ, ਪਤਾ ਨਾ ਪਹਿਲੇ ਚੱਕ ਕੇ ਖੜ ਗਈ, ਨਾਲ ਕਹਿੰਦੀ ਬਾਜ ਬੈਠੀ ਪਈ ਆ, ਬਾਜ ਨੀ ਬੁੜੀਆਂ ਦੀ ਬਹਿੰਦੀ ਹੁੰਦੀ, ਇਹੀ ਤਾਂ ਬੁੜੀਆਂ ਦੀ ਕੁਆਲਿਟੀ ਹੁੰਦੀ ਹੈ ਕਿ ਨਹੀਂ ਬਈ। ਉੱਧਰ ਤਾਰ ਵੀ ਨਵੀਂ ਬੰਨਤੀ ਅੱਜ ਤਾਂ, ਤਣੀ ਪਈ ਆ ਪੂਰੀ ਤਿੰਨ, ਇਹ ਫਿਰ ਹੁਣ ਕਹਿੰਦੇ ਦੀਵਾਲੀ ਆ ਜਾਣੀ ਹੈ ਨਾ, ਘਰੇ ਵੀ ਸਾਫ਼ ਸਫਾਈਆਂ ਕਰਨੀਆਂ ਗੀਆਂ, ਹੋਰ ਸਾਫ਼ ਸਫਾਈਆਂ, ਲੀੜਾ ਕੱਪੜਾ ਧੋਵਾਂਗੇ। ਹਾਂ ਪਾਪੇ ਦਾ ਫਰੈਂਡ ਲੱਗਿਆ ਗਿਆ ਵਾਟਰ ਬਾਕਸ 'ਚ, ਇਹ ਪੁੱਛੂਗਾ ਲੈ ਆਵਾਂਗੇ। ਓਏ ਆਪਾਂ ਨਾ ਵਿਆਹ ਤੋਂ ਪਹਿਲਾਂ ਵੱਢਾਂਗੇ 10 ਕੁ ਦਿਨ, ਹੁਣੇ ਕੀ ਵਾਰਨਾ ਵੱਢ ਕੇ? ਚਲੋ ਫਿਰ ਵੱਢ ਦਿੰਦੇ ਆ, ਫਿਰ ਏਡੀ ਕਿੱਡੀ ਗੱਲ ਆ, ਇੰਨੀ ਕਾਹ ਤੋਂ ਕਾਹਲੀ ਹੋਈ ਵੀ ਆ ਦਵਿੰਦਰ ਤੈਨੂੰ, ਕਿ ਸੂਟ ਨਵਾਂ ਮਿਲਣਾ ਤਾਂ ਕਰਕੇ ਪਹਿਲਾਂ ਜੀ ਬਾਹਰ ਚੋ ਕੇ ਖੜ ਗਈਆਂ। ਹੈਂ ਚਲੋ ਚੱਲ ਗਏ ਫਿਰ। ਲਓ ਵੀ ਗੱਡੀ ਆਪਣੀ ਹੋਈ ਪਈ ਆ ਸਟਾਰਟ, ਚੱਲ ਗਏ ਪਹਿਲੇ ਨਹੀਂ ਗੰਗਾ ਨਾਲ ਡੈਡੀ ਦੇ, ਵੀ ਉਹਦੇ ਜਾ ਕੇ ਕਰੀ ਚ ਕੰਮ ਨਿਬੇੜੇ, ਦੋ ਗੇੜੇ ਇਹ ਲਵਾਉਂਦੀਆਂ ਬਈ। ਹੈਂ
ਪਤਾ ਨਾ ਵੀ ਦਿਲ ਖੋਜ ਦਾ ਕੀ ਆ, ਦਿਲ ਖੋਜ ਨੂੰ ਤੇ ਜਿੱਧਰ ਮਰਜ਼ੀ ਲੈ ਜਾਓ ਮੰਦਰ ਦੀ ਘੰਟੇ ਨੂੰ, ਜਿਹੜਾ ਮਰਜ਼ੀ ਆ ਕੇ ਖੜਕਾ ਦੇਵੇ ਹੈਂ। ਪਰ ਮੈਂ ਕੀ ਕਰਾਂ, ਮੈਂ ਜਵਾਬ ਵੀ ਨਹੀਂ ਦੇ ਸਕਦਾ ਬਈ, ਮੈਂ ਲੜਪਾਂ ਭਿੜਪਾਂ ਕੁਛ ਵੀ ਹੋ ਜਾਏ ਹੈ ਨਾ, ਪਰ ਮੇਰੇ ਤੋਂ ਜਵਾਬ ਵੀ ਨਹੀਂ ਦਿੱਤਾ ਜਾਂਦਾ ਤੇ ਦੇਣਾ ਵੀ ਔਖਾ ਗਾ, ਫਿਰ ਇਹ ਮੈਨੂੰ ਐਂ ਸੁਣਾਉਣ ਲੱਗ ਜਾਂਦੀਆਂ। ਅੱਛਾ ਹੁਣ ਅਸੀਂ ਕਿਹਨੂੰ ਲੈ ਜਾਈਏ, ਜੇ ਦੋ ਤਿੰਨ ਹੁੰਦੇ ਤਾਂ ਅਸੀਂ ਕਹਿ ਦਿਆ ਕਰਦੇ ਵੀ ਫਲਾਨਾ ਤੂੰ ਲੈ ਜਾ, ਇਹ ਨਹੀਂ ਤੁਰਦਾ ਦਫਾ ਹੋਵੇ। ਹੁਣ ਜਦੋਂ ਤੂੰ ਹੀ ਆ ਤਾਂ ਤੂੰ ਹੀ ਲੈ ਕੇ ਜਾਣਾ ਗਾ, ਫਿਰ ਆਹ ਗੱਲਾਂ ਬਾਤਾਂ ਹੀ ਹੋਣ ਲੱਗ ਜਾਂਦੀਆਂ, ਫਿਰ ਮੇਰਾ ਮਨ ਜਾਣਾ ਪਸੀਜ ਜਾਂਦਾ ਮੈਨੂੰ, ਇਹ ਇਮੋਸ਼ਨਲੀ ਆ ਜਿਹੜਾ ਬਲੈਕਮੇਲ ਕਰ ਲੈਂਦੇ ਆ ਸਾਰੇ ਜਣੇ ਰਲ ਕੇ ਬਈ। ਤੇ ਚਲੋ ਹੁਣ ਚੱਲ ਗਏ, ਫਿਰ ਲਵਾ ਲਿਆ ਗਿੱਟੀ ਕਟੂਗਾ ਵੀ, ਤੇ ਐਵੇਂ ਬੈਠ ਕੇ ਤੇਰਾ ਕੰਮ ਨਹੀਂ ਧੰਦਾ ਨਹੀਂ ਨਾਲ। ਡੈਡੀ ਕਹਿੰਦੇ ਕੋਈ ਨਹੀਂ, ਕਾਰ ਠੰਡੀ ਹੈ ਵਿੱਚ ਬੈਠੀ ਰਹੀ। ਅੱਛਾ ਇਹਨਾਂ ਨੂੰ ਆਇਆ ਇਹ, ਮੈਂ ਮੰਡੀ ਜਾਂਦੀ ਸੀ ਤੇ ਮੈਨੂੰ ਬਾਹ ਫੜ ਕੇ ਛੱਡ ਗਈ ਮਾਮਾ, ਹੁਣ ਲੰਮੇ ਟੂਰ ਤੇ ਆ, ਇਹਨੇ ਮੇਰੀ ਬਾਹ ਹੀ ਖਿੱਚ ਲਈ ਦਵਿੰਦਰ ਨੇ। ਚੱਲ ਕੋਈ ਨਹੀਂ, ਫਿਰ ਲੰਮਾ ਟੂਰ ਵੀ ਬਈ ਲਾਉਣਾ ਗਾ, ਉਹ ਵੀ ਤੁਹਾਨੂੰ ਦੱਸ ਦਿਆਂਗੇ ਇੱਕ ਅੱਧੇ ਦਿਨ ਚ ਵਿੱਚ ਕਰਕੇ ਪਲੈਨਿੰਗ ਆਪਾਂ। ਤੇ ਪਪੀਤੇ ਵਰਗੀਆਂ ਨੇ ਪੂਰਾ ਜਿਹੜਾ ਫਾਇਦਾ ਚੱਖਦੀਆਂ, ਇਹਨਾਂ ਨੂੰ ਐਂ ਹੁੰਦਾ ਵੀ ਬੰਦੇ ਤਾਂ ਪੰਜ ਹੀ ਬਹਿੰਦੇ ਗੱਡੀ ਚ ਹੈਂ, ਗੱਡੀ ਨੇ ਤੇਲ ਵੀ ਉਨਾ ਹੀ ਖਾਣਾ, ਐਵਰੇਜ ਵੀ ਉਨੀ ਦੇਣੀ ਹੈਗੀ, ਫਿਰ ਫਾਇਦਾ ਕੀ ਆ, ਫਿਰ ਤਾਂ ਕਰਕੇ ਕਹਿ ਹੁੰਦੇ ਨਾ ਵੀ ਅਸੀਂ ਵੀ ਨਾਲ ਹੀ ਜਾਵਾਂਗਾ ਤੇ ਅਸੀਂ ਝੂਟਾ ਲਿਆਵਾਂਗਾ, ਨਾਲੇ ਠੰਡੇ ਤਾਂ ਬੈਠੀਆਂ ਜਾਵਾਂਗਾ, ਇੱਥੇ ਗਰਮੀ ਹੈਗੀ, ਇੰਨੇ ਨਾਲ ਇਹ ਬੈਠੀ ਰਹਿੰਦੀ। ਅਗਲੀ ਦੇ ਨਵਾਂ ਸੂਟ ਪਾ ਸੀ ਤੜਕੇ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਤੂੰ ਮੰਡੀ ਜਾਣਾ ਕਿ ਨਹੀਂ। ਹਾਂ ਇਹ ਤਾਂ ਧਮਕੀਰੀ ਦਾ, ਧਮਕੀਰੀ ਵੇਖੀ ਤਾਜੂ ਏ, ਲੈ ਲੈ ਉਹ ਤਾਜ ਵਤਨ। ਹਾਂਜੀ ਦਾਦੀ ਕੇ, ਹਾਂਜੀ ਦਾਦੀ ਆਂਦੀ ਆਂਦੀ ਆਂਦੀ। 6 ਵਜ ਗਏ ਬਈ, ਤੇ 6 ਵਜੇ ਕਿੰਨਾ ਦਿਨ ਡਾਊਨ ਹੋ ਗਿਆ ਵੈਸੇ, ਸੂਰਜ ਖੜਾ ਹੈਗਾ ਹਲਕਾ ਹਲਕਾ ਜਾਂ, ਤਾਜੂ ਆਪਣਾ ਮਾਰੀ ਜਾਂਦਾ ਛਿੱਕਾ ਮਛਿੱਕੀ ਹੋਇਆ ਪਿਆ, ਤੇ ਹੁਣ ਆਪਾਂ ਕਰੀ ਜਾਣਾ ਕਿ ਚੱਲਦੇ ਆ ਘੜੇ ਕਿੱਥੇ ਜਾਣਾ, ਦਲੇਰ ਅੰਕਲ ਕੇ? ਚਲੋ ਬਈ ਆਉਣ ਗਏ, ਇਹਨਾਂ ਨੇ ਕਹਿੰਦੇ ਕੱਪੜੇ ਲੈਣੇ ਹੈਗੇ, ਅੱਜ ਬਣਾਤਾ ਮੋਟਾ ਬਿੱਲ ਇਹਨਾਂ ਨੇ ਵਾਹਵਾ ਕਿਹਾ, ਇੱਕ ਤਾਂ ਇੱਕ ਗੁੱਟੀ ਦਾ ਬਿੱਲ ਤਾਂ ਬਣਾਤਾ, ਇੱਕ ਗੁੱਟੀ ਦਾ ਮੇਲਾ ਤਾਂ ਹੋਰ ਬਣਾ ਦੇਣਗੇ ਇੱਕ ਅੱਧੇ ਦਿਨ ਚ ਇਹ, ਪਰ ਆ ਕਰ ਲਾ ਉਹ ਭਰਾਵਾ। ਬਸ 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 ਲਓ ਬਈ, ਮੁੰਨਾ ਮਹਿੰਦੀ ਆਰਟਸ ਦਵਿੰਦਰ ਐ ਕਹਿੰਦੀ ਆ, ਇਹ ਕਹਿੰਦੀ ਉਹ ਲੈ ਕੇ ਆਓ ਬਾਜੇ ਬੂਜੇ ਬੈਂਡ ਵਾਜੇ ਫੇਰ ਮੈਂ ਜਾਊਂਗੀ, ਇਹਦੀ ਮੈਨੂੰ ਸੰਗ ਲੱਗਦੀ ਆ, ਫੇਰ ਤਾਜੂ ਕਹਿਆ ਕਿ ਮੈਨੂੰ ਸੰਗ ਲੱਗਦੀ ਆ, ਹੁਣ ਜਿਹੜਾ ਪਸੰਦ ਆ ਉਹ ਲੈ ਲਓ ਰੰਗ, ਫਿਰ ਮੈਂ ਦੁਬਾਰਾ ਜਦੋਂ ਮੋੜ ਕੇ ਆਉਣ ਵੇਲੇ ਫਿਰ ਮੈਨੂੰ ਬਹੁਤ ਪ੍ਰੋਬਲਮ ਹੁੰਦੀ ਆ, ਫਿਰ ਆਪਣੇ ਲੜਾ ਲੜਾਈ ਹੋ ਜੂਗੀ। ਹੈਂ ਚੁੰਨੀ ਲੈ ਲਓ ਇਹ ਤੋਂ ਬਟਾਂ ਵਾਲੀ, ਵੱਡੇ ਛੋਟੀ ਰਿਸਪੈਕਟ ਨਹੀਂ ਕਰਨੀ ਉਹਦੀ, ਤੈਨੂੰ ਪਤਾ ਨੀ ਗਾ ਕਿਵੇਂ ਬੋਲਦੀ ਆ ਤੂੰ, ਮੈਨੂੰ ਪਤਾ ਲੱਗ ਗਿਆ ਦਵਿੰਦਰ ਕਾਹਤੋਂ ਨਹੀਂ ਸੀ ਜਾਂਦੀ ਅੰਦਰ ਦੁਕਾਨ ਤੇ, ਇਹ ਮੰਨਦੀ ਸੀਗੀ ਸੰਗ ਹਨਾ, ਸੰਗ ਲੱਗਦੀ ਸੀ ਹੋਰ, ਫਿਰ ਤੂੰ ਕਾਹਤੋਂ ਨਹੀਂ ਸੀ ਜਾਂਦੀ, ਮੈਨੂੰ ਲੱਗਿਆ ਕਿਤੇ ਸੰਗ ਲੱਗਦੀ ਸੀਗੀ, ਸੰਗਣ ਦੀ ਗੱਲ ਨੀ, ਸਾਰੀ ਉਮਰ ਇੱਥੋਂ ਹੀ ਲੈਣੇ ਆਪਾਂ ਕੱਪੜੇ, ਇਹ ਤਾਂ ਜਾਣਾ ਹੀ ਪਿਆ ਕਰੂਗਾ, ਮੰਮੀ ਵਰਗਾ ਜਾਂ ਪੀਤੇ ਵਰਗੀਆਂ ਕਿੰਨਾ ਚਿਰ ਲਿਆ ਕੇ ਦੇਣਗਾ, ਉਹ ਹੀ ਕਮਲਿਆਂ ਨੂੰ ਤੁਰੇ ਫਿਰਦੇ ਆ ਕਿੰਨੇ ਵੇ ਵੇ ਅੱਧੇ ਤਾਂ, ਤੁਰੀ ਜਾਂਦੀ ਕਾਰ ਚ ਵੱਜਿਆ ਬੈਗ ਹੋਈ ਜਾਂਦੀ ਸੀ, ਬਾਅਦ ਚ ਕਾਰ ਤੇ ਹੱਥ ਮਰੀ ਜਾਵੇ, ਆਹੋ ਲੋਕਾਂ ਦਾ ਵੀ ਔਖਾ ਹੀ ਹੈ। ਲਓ ਵੀ ਦਿਨ ਦੇ ਛਪਾ ਹੋ ਗਿਆ ਗਾ, ਪਤਾ ਨੀ ਸਾਨੂੰ ਕੀ ਚੱਕਰ ਹੈਗਾ, ਸ਼ਾਮ ਜੀ ਨੂੰ ਮੰਡੀ ਆਉਣਾ ਪੈਂਦਾ ਗਾ, ਦੋ ਦਿਨ ਨੂੰ ਨੇਰਾ ਹੋਣ ਵਾਲਾ ਹੋ ਜਾਂਦਾ ਗਾ, ਤੱਤੀਆਂ ਤੱਤੀਆਂ ਜਲੇਬੀਆਂ ਨਿਕਲ ਰਹੀਆਂ ਨੇ, ਹੁਣ ਤੁਸੀਂ ਉੱਥੇ ਹੀ ਧਿਆਨ ਆ, ਕਾਹਦਾ ਜਲੇਬੀਆਂ ਨਹੀਂ, ਆਪਾਂ ਕਿਹੜਾ ਖਾਣਾ ਮਿੱਠਾ ਦਿੱਤਾ, ਆਪਾਂ ਖਾਂਦੇ ਨਹੀਂ ਕਰਦੇ, ਆਪਾਂ ਨੂੰ ਲੋੜ ਆ ਹੈ ਕਿਵੇਂ ਯਾਰ, ਮੈਂ ਤਾਂ ਹੋਰ ਲੈ ਉਹੀ ਗੱਲ ਹੋ ਗਈ, ਹਜੇ ਤੱਕ ਤਾਜੂ ਦੇ ਕਦੇ ਨਾਸਾਂ 'ਚ ਨਲੀ ਨਾ ਆਈ, ਅੱਜ ਕਿਤੇ ਨਲੀ ਆ ਗਈ, ਅੰਕਲ ਕਹਿੰਦਾ ਇਹ ਗੁੜੀਆਂ ਨੂੰ ਧਿਆਨ ਨਹੀਂ ਦਿੰਦੇ ਤੁਸੀਂ, ਮੈਨੂੰ ਕੀ ਕਹਿੰਦੇ ਅੰਕਲ, ਅੱਛਾ ਅੰਕਲ ਕਹਿੰਦੇ ਇਹ ਠੰਡ ਵੀ ਨਹੀਂ ਆ ਗਈ ਪਹਿਲਾਂ ਜੀ, ਬਈ ਇਹ ਜਿਵੇਂ ਨਾ ਉਹਦੇ ਅੱਖ ਨੂੰ ਇੱਕ ਘਰ 'ਚ ਦੋ ਭਾਂਡੇ ਹੁਣ ਖੜਕਦੇ ਰਹਿੰਦੇ ਹੈਗੇ, ਕੌਣ ਸੀ ਸੂਟ, ਹਾਂ ਉਹ ਤੇਰੇ ਵਾਲੇ ਨਾਲ ਦਾ, ਇੱਕ ਘਰ ਦੇ ਵਿੱਚ ਦੋ ਭਾਂਡੇ ਹੋਣਗੇ ਤਾਂ ਖੜਕਣਗੇ ਹਨਾ, ਜੇ ਰੌਲਾ ਰੱਪਾ ਹੋਊਗਾ ਫੇਰ ਹੀ ਉਹ ਘਰ ਹੁੰਦਾ, ਫਿਰ ਉਹ ਜਵਾਕ ਹੀ ਕਹਦਾ ਜਿਹਦੇ ਨਲੀ ਨਾ ਆਈ, ਬਈ ਬਣਦੀ ਆਉਣੀ ਕਦੇ ਕਦੇ ਤਾਂ,
ਤੇ ਤਾਂ ਕਰਕੇ ਤੁਸੀਂ ਵੀ ਠੰਡ ਚ ਜਵਾਕ ਨੂੰ ਜੇ ਤੁਹਾਡੇ ਜਵਾਕ ਤੇ ਨਹੀਂ ਆਉਂਦੀ ਨਾ ਬਈ ਮਾੜੀ ਠੰਡ ਠੁੰਡ ਲਵਾਓ ਤਾਜ ਵਤਨ ਦੀ ਨਾ ਚੋਰੀ ਫੜੀ ਗਈ ਇਹਨਾ ਮੈਂ ਨਾ ਵੈਸੇ ਸਰਾਣੇ ਨਾਲ ਇਹਦੀ ਢੋ ਜੀ ਲਵਾਈ ਸੀ ਤੇ ਇਹਨਾਂ ਤੁਹਾਡਾ ਫੋਨ ਦੇਖਣ ਲੱਗ ਗਈ ਤੁਸੀਂ ਫੋਨ ਨੀ ਸੀ ਦੇਖੀ ਜਾਂਦੇ ਇਹ ਐ ਪਰਾਂ ਦੀ ਉਹ ਫੋਨ ਦੇਖ ਕੇ ਵੀ ਮੈਂ ਵੀ ਫੋਨ ਦੇਖਾਂ ਮੰਮੀ ਕੀ ਖਾਈ ਜਾਂਦੀ ਸੀਗੀ ਮੈਂ ਨਾ ਇਹਨੂੰ ਮੂਲ ਮੰਤਰ ਦਾ ਪਾਠ ਸਿਖਾਉਂਦੀ ਸੀ ਮੈਂ ਕਿਹਾ ਏਕ ਓਂਕਾਰ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਲੋ ਵੀ ਅੱਜ ਇਹ ਆਪਣਾ ਤਾਜ ਇੱਧਰ ਆ ਗਿਆ ਅੱਜ ਤੋਂ ਇਹ ਪਿਆ ਦੇਊਗਾ ਇੱਧਰ ਤੇ ਉੱਧਰ ਹੁਣ ਇਹਨੂੰ ਉਹ ਮਿਲ ਚੁੱਕੀ ਹੈ ਮੈਨੂੰ ਗ੍ਰਿਫਤਾਰੀ ਚੋਂ ਆਜ਼ਾਦੀ ਮਿਲ ਗਈ ਅਤੇ ਬਾਕੀ ਅੱਜ ਦੇ ਬਲੌਗ ਦਾ ਕਰ ਦਿਆਂਗੇ ਅਸੀਂ ਇੱਥੇ ਐਂਡ ਜਿਨ੍ਹਾਂ ਨੇ ਇੱਥੋਂ ਤੱਕ ਵੀਡੀਓ ਦੇਖੀ ਲਾਈਕ ਕੀਤੇ ਬਿਨਾਂ ਬਿਲਕੁਲ ਨਾ ਜਾਇਓ ਜਿਹੜੇ ਜਿਹੜੇ ਵੀ ਚੈਨਲ 'ਤੇ ਨਵੇਂ ਜੁੜੇ ਤਾਜੂ ਕਹਿੰਦੇ ਸਬਸਕ੍ਰਾਈਬ ਸੋ ਵੀਡੀਓ ਲਾਈਕ ਸ਼ੇਅਰ ਅਤੇ ਕਮੈਂਟ ਕਰਿਆ ਕਰੋ ਦੱਬ ਕੇ ਮਿਲਦੇ ਕੱਲ੍ਹ ਹੋਰ ਨਵੇਂ ਬਲੌਗ ਨਾਲ ਟਿਲ ਦਿਨ ਪਵੇ ਟੇਕ ਕੇਅਰ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਤਾਜੂ